ਇਹ ਅਸਲਾਮ ਵਾਲੇਕਮ ਦੋਸਤੋ, ਵਾਲਾ ਐਗਰੀਕਲਚਰ ਅਤੇ ਖੁਸ਼ ਆਮਦੀਦ ਕਿਨੇ ਜੀ ਸਾਰੇ ਭਰਾਵਾਂ ਨੂੰ। ਦੋਸਤੋ, ਗੰਦਮ ਸਸਤੀ ਹੋਈ ਹੈ ਅਤੇ ਨਾਲ ਹੀ ਖਾਦਾਂ ਦੀਆਂ ਕੀਮਤਾਂ ਵਿੱਚ ਵੀ ਜਿਹੜਾ ਹੈਰਾਨਕੁਨ ਕਮੀ ਨਜ਼ਰ ਆ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਜ਼ੀਦ ਕਮੀ ਮੁਤਵੱਕਾ ਹੈ, ਕਿਉਂਕਿ ਆਲਮੀ ਮੰਡੀ ਦੇ ਵਿੱਚ ਜਿਹੜਾ DAP ਦੀ ਕੀਮਤ ਦੇ ਵਿੱਚ ਖਾਤਰ ਖਵਾ ਕਮੀ ਦੇਖਣ ਨੂੰ ਮਿਲੀ ਹੈ ਅਤੇ ਬਹੁਤ ਜ਼ਿਆਦਾ ਮਕਾਨ ਨੇ ਕਿ ਜਿਹੜੀ ਹੁਣ ਮੈਂ ਤੁਹਾਨੂੰ ਕੀਮਤ ਦੱਸਣ ਲੱਗਾ, ਉਸ ਤੋਂ ਮਜ਼ੀਦ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ ਕੰਪਨੀ ਵੀ ਜਿਹੜੀ ਹੈ ਕੀਮਤਾਂ ਦੇ ਵਿੱਚ ਕਾਫੀ ਜ਼ਿਆਦਾ ਕਮੀ ਕਰੇਗੀ DAP ਦੇ ਵਿੱਚ ਵੀ ਅਤੇ ਯੂਰੀਆ ਦੇ ਵਿੱਚ ਵੀ। ਫਿਲਹਾਲ ਜਿਹੜਾ ਕਰੰਟ ਕੀਮਤ ਚੱਲ ਰਹੀ ਹੈ ਮਾਰਕੀਟ ਦੇ ਵਿੱਚ ਸਾਰੀਆਂ ਖਾਦਾਂ ਦੀ, ਸਭ ਤੋਂ ਪਹਿਲਾਂ ਸੋਨਾ DAP ਦੀ ਗੱਲ ਕਰੀਏ ਤਾਂ 10,200 ਰੁਪਏ ਤੋਂ ਲੈ ਕੇ 10,800 ਰੁਪਏ ਤੱਕ ਮਾਰਕੀਟ ਦੇ ਵਿੱਚ ਸੇਲ ਹੋ ਰਹੀ, ਜਿਹੜੀ 14,000-15,000 ਰੁਪਏ ਤੱਕ ਸੇਲ ਹੁੰਦੀ ਰਹੀ ਹੈ। ਐਂਗਰੋ DAP 10,000 ਰੁਪਏ ਤੋਂ ਲੈ ਕੇ 10,200 ਰੁਪਏ ਤੱਕ 50 kg ਦਾ ਬੈਗ ਹੈ। ਸਰਸਬਜ਼ ਨਾਈਟ੍ਰੋਫਾਸ ਜਿਹੜੀ ਹੈ 7,350 ਰੁਪਏ ਤੋਂ ਲੈ ਕੇ 7,400 ਰੁਪਏ ਤੱਕ ਸੇਲ ਹੋ ਰਹੀ ਹੈ। ਸੋਨਾ ਯੂਰੀਆ ਜਿਹੜੀ ਹੈ 4,800 ਰੁਪਏ ਤੋਂ ਲੈ ਕੇ 4,850 ਰੁਪਏ ਤੱਕ ਹੈ। ਇੰਪੋਰਟਡ ਯੂਰੀਆ ਜਿਹੜੀ ਹੈ 4,600 ਰੁਪਏ ਤੋਂ ਲੈ ਕੇ 4,650 ਰੁਪਏ ਤੱਕ ਹੈ ਜੀ। ਸਰਸਬਜ਼ ਕੈਨ ਜਿਹੜੀ ਹੈ 4,600 ਰੁਪਏ ਤੋਂ ਲੈ ਕੇ 4,650 ਰੁਪਏ ਤੱਕ ਮਾਰਕੀਟ ਦੇ ਵਿੱਚ ਸੇਲ ਹੋ ਰਹੀ ਹੈ। ਪਾਕ ਅਰਬ ਗਵਾਰਾ ਜਿਹੜੀ ਹੈ 4,450 ਰੁਪਏ ਤੋਂ ਲੈ ਕੇ 4,500 ਰੁਪਏ ਤੱਕ 50 kg ਦਾ ਬੈਗ ਮਾਰਕੀਟ ਦੇ ਵਿੱਚ ਸੇਲ ਹੋ ਰਿਹਾ। ਅੱਜ ਤਰੀਕ ਹੈ ਜੀ 8 ਮਈ 2024 ਹੈ। ਜਿਹੜੇ ਵੀ ਤੁਹਾਡੇ ਰੇਟ ਵਗੈਰਾ ਸ਼ੇਅਰ ਕੀਤੇ ਨੇ ਪੰਜਾਬ ਭਰ ਦੀ ਮਾਰਕੀਟੋਂ ਰੇਟ ਵਗੈਰਾ ਮਲੂਮ ਕਰਨ ਤੋਂ ਬਾਅਦ ਐਵਰੇਜ ਰੇਟ ਤੁਹਾਡੇ ਨਾਲ ਸ਼ੇਅਰ ਕੀਤੇ ਨੇ, ਐਸੇ ਰੇਟ ਦੇ ਅੰਦਰ ਅੰਦਰ ਜਿਹੜੇ ਨੇ ਤਮਾਮ ਖਾਦਾਂ ਮਾਰਕੀਟ ਦੇ ਵਿੱਚ ਸੇਲ ਹੋ ਰਹੀਆਂ। ਦੋਸਤੋ, ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਰਨਾ। ਆਉਣ ਵਾਲੇ ਦਿਨਾਂ ਦੇ ਵਿੱਚ ਮਜ਼ੀਦ ਜਿਹੜਾ ਤੁਹਾਨੂੰ ਮੈਂ ਅਪਡੇਟ ਦਿਆਂਗਾ, ਖੁਸ਼ਖਬਰੀ ਦਿਆਂਗਾ, ਖਾਦ ਕੀਮਤਾਂ ਦੇ ਵਿੱਚ ਵੀ ਖਾਤਰ ਖਾ ਕਮੀ ਵੇਖਣ ਨੂੰ ਮਿਲ ਰਹੀ ਆਉਣ ਵਾਲੇ ਚੰਦ ਦਿਨਾਂ ਦੇ ਵਿੱਚ।